ਦੈਨਿਕ ਸਵੇਰਾ ਦੇਖ ਰਹੇ ਦੇਸ਼ ਵਿਦੇਸ਼ ਦੀ ਧਰਤੀ ਤੇ ਸੰਗਤ ਰੂਪ ਸਰੋਤਿਆਂ ਨੂੰ ਦਾਸ ਵੱਲੋਂ ਫਤਿਹ ਅਰਜ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਜਪਜੀ ਸਾਹਿਬ ਦੀ ਬਾਣੀ, ਜਿਸ ਦੀ 23 ਨੰਬਰ ਪੌੜੀ, ਸਾਲਾਹੀ ਸਾਲਾ ਏਤੀ ਸੁਰਤ ਨਾ ਪਾਈਆ, ਨਦੀਆਂ ਅਤੇ ਵਾਹ ਭਵੇਂ ਸਮੁੰਦ ਨਾ ਜਾਣੀਐ। ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹੈ, ਸਾਲਾਹੀ ਸਾਲਾ ਸਲਾਉਣ ਯੋਗ ਅਕਾਲ ਪੁਰਖ ਦੀਆਂ ਵਡਿਆਈਆਂ ਆਖ ਆਖ ਕੇ ਕਿਸੇ ਮਨੁੱਖ ਨੂੰ ਇਤਨੀ ਸਮਝ ਨਹੀਂ ਪਈ ਕਿ ਅਕਾਲ ਪੁਰਖ ਪਰਮੇਸ਼ਰ ਉਹਦਾ ਪਸਾਰਾ ਕਿਤਨਾ ਵੱਡਾ ਹੈ। ਔਰ ਨਾਲ ਮਹਾਰਾਜ ਕਹਿੰਦੇ ਹੈ, ਨਦੀਆਂ ਅਤੇ ਵਾਹ ਭਵੇਂ ਸਮੁੰਦ ਨਾ ਜਾਣੀਐ। ਕਹਿੰਦੇ ਸਿਫਤ ਸਲਾਹ ਕਰਨ ਵਾਲੇ ਮਨੁੱਖ ਉਸ ਅਕਾਲ ਪੁਰਖ ਦੇ ਵਿੱਚ ਹੀ ਲੀਨ ਹੋ ਜਾਂਦੇ ਨੇ। ਨਦੀਆਂ ਅਤੇ ਵਾਹ, ਵਾਹ ਦਾ ਅਰਥ ਹੈ ਛੋਟੇ ਵਾੜੇ ਜੋ ਨਾਲਿਆਂ ਦੇ ਰੂਪ ਦੇ ਵਿੱਚ ਨੇ, ਇੱਕ ਦਰਿਆ ਹੈ ਉਹਦੇ ਤੋਂ ਛੋਟੇ ਰੂਪ ਦੇ ਵਿੱਚ ਨੇ। ਨਦੀਆਂ ਅਤੇ ਵਾਹ ਭਵੇਂ ਸਮੁੰਦ ਨਾ ਜਾਣੀਐ। ਕਹਿੰਦੇ ਜਦੋਂ ਉਹ ਸਮੁੰਦਰ ਵਿੱਚ ਜਾ ਕੇ ਪੈਂਦੇ ਹਨ, ਕੋਈ ਨਦੀ ਹੈ, ਕੋਈ ਨਾਲਾ ਹੈ, ਕੋਈ ਦਰਿਆ ਹੈ, ਜਦੋਂ ਉਹ ਸਮੁੰਦਰ ਦੇ ਵਿੱਚ ਜਾ ਕੇ ਪੈ ਜਾਂਦੇ ਆ ਤਾਂ ਉਹਨਾਂ ਨੂੰ ਕੋਈ ਪੁੱਛੇ ਵੀ ਇਹ ਸਮੁੰਦਰ ਦੀ ਗਹਿਰਾਈ ਕਿਤਨੀ ਹੈ, ਇਸ ਬਾਬਤ ਕਿਹਾ ਨਹੀਂ ਜਾ ਸਕਦਾ। ਉਹ ਉਸ ਸਮੁੰਦਰ ਦਾ ਹੀ ਰੂਪ ਹੋ ਜਾਂਦੇ ਨੇ। ਜਿੰਨਾ ਚਿਰ ਉਹ ਨਦੀ, ਉਹ ਦਰਿਆ ਸਮੁੰਦਰ ਤੋਂ ਵੱਖਰਾ ਹੈ, ਅਜੇ ਉਹਦੇ ਵਿੱਚ ਪਿਆ ਨਹੀਂ, ਉਹਨਾਂ ਚਿਰ ਉਹਦਾ ਇੱਕ ਨਾਮ ਹੈ, ਉਹਦੀ ਇੱਕ ਵੱਖਰੀ ਹੋਂਦ ਹੈ, ਉਹਦਾ ਇੱਕ ਵੱਖਰਾ ਆਕਾਰ ਹੈ। ਲੇਕਿਨ ਜਿੱਦਣ ਉਹ ਜਾ ਕੇ ਸਾਗਰ ਵਿੱਚ ਡਿੱਗ ਪੈਂਦੀ ਹੈ, ਫਿਰ ਉੱਥੇ ਨਹੀਂ ਪਹਿਚਾਣਿਆ ਜਾ ਸਕਦਾ ਗੰਗਾ ਦਾ ਪਾਣੀ ਕਿਹੜਾ ਹੈ, ਜਮਣਾ ਦਾ ਕਿਹੜਾ ਹੈ, ਬਿਆਸ ਦਰਿਆ ਦਾ ਕਿਹੜਾ ਹੈ, ਚਨਾਬ ਦਾ ਕਿਹੜਾ ਹੈ, ਰਾਵੀ ਦਾ ਕਿਹੜਾ ਹੈ, ਸਤਲੁਜ ਦਾ ਕਿਹੜਾ ਹੈ। ਜਦੋਂ ਸਾਗਰ ਵਿੱਚ ਜਾ ਕੇ ਡਿੱਗ ਪੈਂਦੇ ਨੇ ਤਾਂ ਉੱਥੇ ਫਿਰ ਕੇਵਲ ਸਾਗਰ ਕਿਹਾ ਜਾਂਦਾ ਹੈ, ਨਦੀਆਂ ਦਰਿਆਵਾਂ ਦਾ, ਉਹਨਾਂ ਨਾਲਿਆਂ ਦਾ ਨਾਮ ਸਮਾਪਤ ਹੋ ਜਾਂਦਾ ਹੈ। ਔਰ ਸਾਹਿਬ ਕਹਿੰਦੇ ਆ ਉਸ ਅਕਾਲ ਪੁਰਖ ਦੀ ਸਿਫਤੋਂ ਪਰਮੇਸ਼ਰ ਵੀ ਐਸਾ ਸਾਗਰ ਹੈ। ਔਰ ਬਚਨ ਵਰਤਿਆ ਮਹਾਰਾਜ, ਜਿਵੇਂ ਇੱਕ ਮਛਲੀ ਜਿਹੜੀ ਹੈ ਉਹ ਸਮੁੰਦਰ ਦੇ ਵਿੱਚ ਰਹਿੰਦੀ ਹੈ, ਔਰ ਆਖਿਆ ਤੂੰ ਇਤਨਾ ਵੱਡਾ ਸਾਗਰ ਹੈ, ਮਹਾਰਾਜ ਮੈਂ ਉਸ ਸਾਗਰ ਦੇ ਵਿੱਚ ਰਹਿਣ ਵਾਲੀ ਮਛਲੀ ਹਾਂ, ਔਰ ਮੈਂ ਤੇਰਾ ਅੰਤ ਕਿਵੇਂ ਪਾ ਸਕਦੀ ਹਾਂ। ਇਸੇ ਕਰਕੇ ਉਸ ਮਾਲਕ ਦੇ ਲਈ ਬਚਨ ਵਰਤਿਆ, ਤੂੰ ਦਰਿਆਓ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤ ਲਹਾਂ, ਜੈਂ ਜੈਂ ਦੇਖਾਂ ਤੈਂ ਤੈਂ ਤੂੰ ਹੈ, ਤੁਝ ਤੇ ਨਿਕਸੀ ਫੂਟ ਮਰਾਂ। ਮੈਂ ਤਾਂ ਇੰਨਾ ਜਾਣਦੀ ਹਾਂ ਵੀ ਜਿੱਧਰ ਨੂੰ ਮੈਂ ਤੁਰਦੀ ਹਾਂ ਮੈਨੂੰ ਸਾਗਰ ਹੀ ਸਾਗਰ ਨਜ਼ਰ ਆਉਂਦਾ ਹੈ, ਤੇਰਾ ਥਾਂ ਨਹੀਂ ਪਾਇਆ ਜਾ ਸਕਦਾ, ਰਹਿੰਦੀ ਮੈਂ ਹਰ ਵਕਤ ਤੇਰੇ ਵਿੱਚ ਹਾਂ, ਲੇਕਿਨ ਤੇਰਾ ਅਖੀਰ ਨਹੀਂ ਪਾਇਆ, ਅੰਤ ਨਹੀਂ ਲੱਭਿਆ ਜਾ ਸਕਦਾ। ਮੈਨੂੰ ਤਾਂ ਇੰਨਾ ਪਤਾ ਹੈ ਕਿ ਜਿੱਦਣ ਵੀ ਤੇਰੇ ਤੋਂ ਵੱਖਰੀ ਹੋਵਾਂਗੀ, ਜਲ ਦੇ ਵਿੱਚੋਂ ਬਾਹਰ ਨਿਕਲਾਂਗੀ, ਉੱਦਣ ਹੀ ਮੇਰੀ ਮੌਤ ਹੈ, ਮੇਰਾ ਅੰਤ ਹੈ, ਮੇਰਾ ਅਖੀਰ ਹੋ ਜਾਏਗਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਆ, ਜਦੋਂ ਉਹ ਨਦੀਆਂ, ਉਹ ਨਾਲੇ, ਉਹ ਦਰਿਆ ਸਾਗਰ ਵਿੱਚ ਡਿੱਗ ਜਾਂਦੇ ਨੇ, ਉਹਦਾ ਥਾਂ ਨਹੀਂ ਪਾ ਸਕਦੇ, ਉਹਦਾ ਰੂਪ ਜ਼ਰੂਰ ਹੋ ਜਾਂਦੇ ਨੇ। ਬਾਬੇ ਕਬੀਰ ਨੇ ਐਸਾ ਇੱਕ ਵਚਨ ਜਿਹੜਾ ਵਰਤਿਆ, ਉਹ ਕਹਿੰਦੇ ਨੇ ਕਿ ਜਿਵੇਂ ਕੁਝ ਦਰਖਤ ਚੰਦਨ ਦੀ ਸੰਗਤ ਕਰਦੇ ਆ ਅਤੇ ਉਹਨਾਂ ਵਿੱਚੋਂ ਵੀ ਚੰਦਨ ਵਰਗੀ ਖੁਸ਼ਬੂ ਆਉਣੀ ਸ਼ੁਰੂ ਹੋ ਜਾਂਦੀ, ਐਸੇ ਹੀ ਕੋਈ ਨਦੀ ਜਿਹੜੀ ਉਹ ਜਾ ਕੇ ਗੰਗਾ ਵਿੱਚ ਪੈਂਦੀ ਅਤੇ ਗੰਗਾ ਦਾ ਰੂਪ ਹੋ ਜਾਂਦੀ, ਉਹ ਗਾਂ ਜਾ ਕੇ ਸਮੁੰਦਰ 'ਚ ਪੈਂਦੀ ਅਤੇ ਸਮੁੰਦਰ ਦਾ ਰੂਪ ਹੋ ਜਾਂਦੀ ਹੈ। ਤਾਂ ਕਰਕੇ ਉਹਨਾਂ ਨੇ ਜਦੋਂ ਇਹ ਸ਼ਬਦ ਵਰਤਿਆ ਹੈ, ਬਚਨ ਵਰਤੇ ਨੇ, ਉਹ ਕਹਿੰਦੇ ਨੇ ਕਿ ਉਸ ਦਰਿਆ ਦੇ ਨਾਲ ਤਰਵਰ ਕਹਿ ਸੰਗ ਚੰਦਨ ਵਿਗਰਿਓ, ਸੋ ਤਰਵਰ ਕਹਿਣ ਲੱਗੇ ਚੰਦਨ ਕਹਿ ਸੰਗ ਤਰਵਰ ਵਿਗਰਿਓ, ਸੋ ਚੰਦਨ, ਉਹ ਜਿਹੜਾ ਤਰਵਰ ਸੀ ਫਿਰ ਚੰਦਨ ਦਾ ਹੀ ਰੂਪ ਹੋ ਗਿਆ। ਗੰਗਾ ਕਹਿ ਸੰਗ ਸਲਤਾ ਵਿਗਰੀ, ਸੋ ਸਲਤਾ ਗੰਗਾ ਹੋਏ ਨਿਬਰੀ, ਚੰਦਨ ਕਹਿ ਸੰਗ ਤਰਵਰ ਵਿਗਰਿਓ, ਸੋ ਤਰਵਰ ਚੰਦਨ ਹੋਏ ਨਿਬਰਿਓ। ਫਿਰ ਅਗਲਾ ਬਚਨ ਕਹਿੰਦੇ ਨੇ ਪਾਰਸ ਕਹਿ ਸੰਗ ਤਾਂਬਾ ਵਿਗਰਿਓ, ਕਹਿੰਦੇ ਜਿਹੜਾ ਪਾਰਸ ਨਾਲ ਤਾਂਬਾ ਜਿਹੜਾ ਹੈ ਉਹਨੇ ਸੰਗਤ ਕੀਤੀ ਅਤੇ ਉਹ ਤਾਂਬਾ ਕੰਚਨ ਰੂਪ ਹੋ ਗਿਆ। ਅਖੀਰ 'ਤੇ ਕਹਿੰਦੇ ਸੰਤਨ ਸੰਗ ਕਬੀਰਾ ਵਿਗਰਿਓ, ਸੋ ਕਬੀਰ ਰਾਮੇ ਹੋਏ ਨਿਬਰਿਓ। ਕਹਿੰਦੇ ਉਹ ਰੱਬ ਦਾ ਹੀ ਰੂਪ ਹੋ ਗਿਆ, ਉਹਦਾ ਥਾਂ, ਉਸਦਾ ਅਖੀਰ, ਉਸਦਾ ਅੰਤ ਪਾਉਣ ਦੀ ਬਾਤ ਕਹਿੰਦੇ ਇਹ ਨਹੀਂ ਕੋਈ ਕਹਿ ਸਕਦਾ। ਨਦੀਆਂ ਅਤੇ ਵਾਹ
ਭਵੇਂ ਸਮੁੰਦ ਨਾ ਜਾਣੀਏ ਉਹ ਉਹਦੀ ਡੂੰਘਾਈ ਨਹੀਂ ਦੱਸ ਸਕਦੇ। ਸਮੁੰਦ ਸ਼ਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਣੀ ਜੇ ਤਸਮਨੋ ਨਾ ਵਿਸਰੈ। ਕਹਿੰਦੇ ਸਮੁੰਦ ਸ਼ਾਹ ਸਮੁੰਦਰਾਂ ਦੇ ਸ਼ਾਹ ਸੁਲਤਾਨ ਪਾਤਸ਼ਾਹ ਅਤੇ ਸੁਲਤਾਨ ਜਿਨ੍ਹਾਂ ਦੇ ਖਜ਼ਾਨੇ ਵਿੱਚ ਪਹਾੜ ਜਿਹੜੇ ਧਨ ਪਦਾਰਥ ਦੇ ਢੇਰ ਹੋਣ, ਪ੍ਰਭੂ ਦੀ ਸਿਫਤ ਸਲਾਹ ਕਰਨ ਵਾਲੇ ਦੀਆਂ ਨਜ਼ਰਾਂ ਵਿੱਚ ਇੱਕ ਕੀੜੀ ਦੇ ਬਰਾਬਰ ਨਹੀਂ। ਹੁਣ ਇੱਥੇ ਉਹ ਜੀਵਨ ਦਾ ਜ਼ਿਕਰ ਕੀਤਾ ਬਈ ਇੰਨੇ ਵੱਡੇ ਧਨ ਪਦਾਰਥ ਵਾਲਾ ਵੀ ਹੋਵੇ ਲੇਕਿਨ ਰੱਬ ਦੇ ਪਿਆਰੇ ਦੇ ਸਾਹਮਣੇ ਉਹ ਦੁਨਿਆਵੀ ਧਨ ਦੌਲਤ ਜਿਹੜੀ ਹੈ ਕੋਈ ਮਾਇਨੇ ਨਹੀਂ ਰੱਖਦੀ। ਉਹ ਕਹਿੰਦੇ ਉਹਦੀ ਨਜ਼ਰ ਦੇ ਵਿੱਚ, ਕਿਉਂਕਿ ਰੱਬ ਦਾ ਪਿਆਰਾ ਅਸੀਂ ਲੋਕ ਦੁਨਿਆਵੀ ਜਿਹੜੇ ਹਾਂ, ਸਾਡਾ ਕਿਸੇ ਨਾਲ ਗੱਲਬਾਤ ਕਰਨ ਦਾ, ਕਿਸੇ ਦੀ ਇੱਜ਼ਤ ਕਰਨ ਦਾ ਤਰੀਕਾ ਜਿਹੜਾ ਵੱਖਰਾ ਹੈ। ਅਸੀਂ ਚਾਰ ਪੈਸਿਆਂ ਵਾਲੇ ਬੰਦੇ ਨੂੰ ਵੇਖਦੇ ਹਾਂ, ਉਹਦੇ ਲਈ ਸਾਡੀ ਭਾਸ਼ਾ ਵੱਖਰੀ ਹੁੰਦੀ ਹੈ, ਸਾਡੀ ਬੋਡੀ ਲੈਂਗੁਏਜ ਵੱਖਰੀ ਹੁੰਦੀ ਹੈ, ਸਾਡੀ ਬੋਲ ਬਾਣੀ ਵੱਖਰੀ ਹੁੰਦੀ। ਉਹੋ ਹੀ ਜਿਹੜਾ ਬੰਦਾ ਧਨਵਾਨ ਮਨੁੱਖ ਦੇ ਸਾਹਮਣੇ ਝੁੱਕ ਝੁੱਕ ਕੇ ਦੋਹਰਾ ਪਿਆ ਹੁੰਦਾ ਹੈ, ਉਹਦੇ ਚਰਨਾਂ 'ਤੇ ਢਹਿਣ ਨੂੰ ਪੈਂਦਾ ਹੈ, ਉਹਨੂੰ ਬੁਲਾਉਣ ਦੇ ਵਾਸਤੇ ਤਰਲੋ ਮੱਛੀ ਹੁੰਦਾ ਹੈ, ਉਹਨੂੰ ਗਰੀਬ ਕੋਈ ਵਾਰ ਵਾਰ ਬੁਲਾਵੇ ਵੀ ਅਤੇ ਉਹਦੇ ਬੁਲਾਇਆ ਵੀ ਬੋਲਣ ਵਾਸਤੇ ਤਿਆਰ ਨਹੀਂ ਹੁੰਦਾ। ਸਾਡਾ ਐਟੀਟਿਊਡ ਚੇਂਜ ਹੋ ਜਾਂਦਾ ਬਿਲਕੁਲ ਹੀ। ਕੋਈ ਗਰੀਬ ਬੰਦਾ ਉਹਦੇ ਨਾਲ ਸਾਡਾ ਗੱਲ ਕਰਨ ਦਾ ਤਰੀਕਾ, ਉਹਦੇ ਨਾਲ ਸਾਡਾ ਪੇਸ਼ ਆਉਣ ਦਾ ਤਰੀਕਾ ਬਿਲਕੁਲ ਵੱਖਰਾ ਹੈ। ਔਰ ਇਹ ਗੁਰਬਾਣੀ 'ਚ ਬਚਨ ਲਿਖੇ ਨੇ ਬਈ ਨਿਰਧਨ ਬੰਦੇ ਨੂੰ ਕੋਈ ਆਦਰ ਨਹੀਂ ਦਿੰਦਾ ਅਤੇ ਜਿਹੜਾ ਧਨਵਾਨ ਹੈ ਉਹ ਤਾਂ ਕਰਕੇ। ਸਿਆਣਿਆਂ ਦਾਨਿਆਂ ਨੇ ਬੜਾ ਸੁੰਦਰ ਇੱਕ ਮੁਹਾਵਰਾ ਕਿਹਾ ਹੈ ਬਈ ਜਿਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ। ਬਈ ਜਿਸ ਮਨੁੱਖ ਦੇ ਕੋਲ ਧਨ ਪਦਾਰਥ ਹੈ ਉਹਦਾ ਧੀ ਪੁੱਤਰ ਜਾਂ ਉਹ ਆਪ ਕਮਲਾ ਰਮਲਾ ਵੀ ਹੋਵੇ ਅਤੇ ਉਹ ਗੱਲ ਕਰੇਗਾ, ਆਖੇ ਜੀ ਤੁਸੀਂ ਲੱਖ ਰੁਪਈਏ ਦੀ ਗੱਲ ਕੀਤੀ ਹੈ, ਕਮਾਲ ਕਰਤੀ ਜੀ ਤੁਸੀਂ, ਕੈਸੀ ਬਾਤ ਕੀਤੀ। ਅਤੇ ਕੋਈ ਮਨੁੱਖ ਗੁਰਬਤ ਵਿੱਚ ਹੈ, ਉਹ ਕਿੱਡਾ ਸਿਆਣਾ ਹੋਵੇ ਦਾਨਾ ਹੋਵੇ, ਲੇਕਿਨ ਉਹ ਬੜੀ ਚੰਗੀ ਗੱਲ ਵੀ ਕਰੇ ਅਤੇ ਤਾਂ ਵੀ ਉਹਦੀ ਕੋਈ ਕਦਰ ਪਾਉਣ ਵਾਸਤੇ ਤਿਆਰ ਨਹੀਂ। ਉਹਦਾ ਕਾਰਨ ਕੇਵਲ ਅਤੇ ਕੇਵਲ ਇਹ ਹੈ ਕਿਉਂਕਿ ਉਹ ਨਿਰਧਨ ਹੈ। ਤਾਂ ਹੀ ਗੁਰਬਾਣੀ ਵਿੱਚ ਬਚਨ ਆਇਆ ਨਿਰਧਨ ਆਦਰ ਕੋਈ ਨਾ ਦੇ। ਧਨ ਤੋਂ ਵੀ ਹੁਣੇ ਮਨੁੱਖ ਨੂੰ ਕਹਿੰਦੇ ਕੋਈ ਆਦਰ ਨਹੀਂ ਦਿੰਦਾ। ਲੱਖ ਯਤਨ ਕਰੇ ਉਹ ਚਿੱਤ ਨਾ ਧਰੇ, ਕਹਿੰਦੇ ਉਹ ਲੱਖਾਂ ਯਤਨ ਕਰਦਾ ਪਰ ਉਹ ਚਿੱਤ ਉਹਦੇ 'ਤੇ ਨਹੀਂ ਧਰਦਾ। ਲੇਕਿਨ ਇਹਦੇ ਉਲਟ ਗੁਰਮੁਖ ਰੱਬ ਦੇ ਪਿਆਰੇ ਜਿਹੜੇ ਉਹਦੀ ਇਬਾਦਤ ਕਰਨ ਵਾਲੇ ਆ, ਬੰਦਗੀ ਕਰਨ ਵਾਲੇ ਆ, ਉਹਨਾਂ ਵਾਸਤੇ ਅਮੀਰ ਗਰੀਬ ਦਾ ਪਾੜਾ ਕੋਈ ਮਾਇਨੇ ਨਹੀਂ ਰੱਖਦਾ। ਉਹ ਰਾਜੇ ਲਈ ਵੀ ਉਹੋ ਜਿਹੀ ਵਿਚਾਰ ਰੱਖਦੇ ਨੇ ਔਰ ਇੱਕ ਰੰਕ ਭਿਖਾਰੀ ਮੰਗਤੇ ਵਾਸਤੇ ਵੀ ਉਹਨਾਂ ਦੀ ਵੇਖਣ ਦੀ, ਬੋਲਣ ਦੀ, ਉਹਨਾਂ ਨਾਲ ਪੇਸ਼ ਆਉਣ ਦੀ ਜਿਹੜੀ ਕਿਰਿਆ ਹੈ ਉਹ ਇੱਕੋ ਜਿਹੀ ਰਹਿੰਦੀ ਹੈ। ਇਹ ਨਹੀਂ ਹੈ ਕਿ ਧਨ ਵਾਲਾ ਆਇਆ ਅਤੇ ਉਹਦੇ ਅੱਗੇ ਹੱਥ ਜੋੜ ਪੈ ਲੈ ਅਤੇ ਕੋਈ ਦੂਸਰਾ ਆਇਆ ਅਤੇ ਉਹਨੂੰ ਮਾਰਨ ਪੈ ਗਿਆ। ਇਹ ਦੁਨਿਆਵੀ ਮਨੁੱਖ ਦੀ ਤਾਂ ਕਿਰਿਆ ਹੋ ਸਕਦੀ ਹੈ, ਲੇਕਿਨ ਰੱਬ ਦੇ ਪਿਆਰੇ ਦੇ ਸੁਭਾਅ ਵਿੱਚ ਤਾਂ ਹੀ ਆਖਿਆ ਕਿ ਉਹ ਇੱਕੋ ਇੱਕ ਰਸ ਰਹਿੰਦਾ ਹੈ। ਸਾਡਾ ਸੁਭਾਅ ਜਿਹੜਾ ਹੈ ਮਨੁੱਖ ਦੇ ਸਟੇਟਸ ਨੂੰ ਵੇਖ ਕੇ, ਉਹਦੇ ਧਨ ਪਦਾਰਥ ਨੂੰ ਵੇਖ ਕੇ, ਸਾਡੇ ਉਹਨਾਂ ਸ਼ਬਦਾਂ ਵਿੱਚ, ਵਿਚਾਰਾਂ ਵਿੱਚ ਤਬਦੀਲੀ ਆਉਂਦੀ ਰਹਿੰਦੀ ਹੈ, ਬਦਲਾਅ ਆਉਂਦਾ ਰਹਿੰਦਾ। ਲੇਕਿਨ ਰੱਬ ਦਾ ਪਿਆਰਾ ਉਸ ਅਕਾਲ ਪੁਰਖ ਦੇ ਨਾਲ ਜਿਹੜਾ ਜੁੜਿਆ ਜੀਵਨ ਹੈ ਉਹ ਗਰੀਬ ਨੂੰ ਵੀ ਓਨਾ ਹੀ ਸਤਿਕਾਰ ਦਿੰਦਾ ਹੈ। ਜੈਸਾ ਤਾਂ ਕਰਕੇ ਗੁਰੂ ਅਮਰਦਾਸ ਮਹਾਰਾਜ ਜੇ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਸਤਿਗੁਰਾਂ ਨੇ ਮਰਿਆਦਾ ਬੰਨ੍ਹੀ ਵੀ ਪਹਿਲੇ ਪੰਗਤ ਪਾਛੇ ਸੰਗਤ, ਅਤੇ ਚੇਤਾ ਰੱਖਿਓ ਜੇ ਉੱਥੇ ਜਨ ਸਧਾਰਨ ਜੀ ਆਉਂਦੇ ਸਨ ਉਹ ਵੀ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਦੇ, ਅਤੇ ਜੇ ਇੱਕ ਦਿਨ ਅਕਬਰ ਚੱਲ ਕੇ ਗੋਇੰਦਵਾਲ ਸਾਹਿਬ ਆਇਆ ਹੈ ਤਾਂ ਉਹਦੇ ਵਾਸਤੇ ਵੀ ਕੋਈ ਵੱਖਰੀ ਜਿਹੜੀ ਹੈ ਬਾਤ ਨਹੀਂ, ਉਹਦੇ ਲਈ ਵੀ ਉਹੋ ਹੀ ਮਰਿਆਦਾ ਸੀ, ਉਹਨੇ ਵੀ ਪੰਗਤ ਦੇ ਵਿੱਚ ਬੈਠ ਕੇ ਲੰਗਰ ਛਕਿਆ ਹੈ। ਇਹ ਗੁਰੂ ਘਰ ਦੀ ਉਸ ਮਾਲਕ ਦੇ ਦਰ ਦੀ ਮਰਿਆਦਾ ਹੈ ਜਿੱਥੇ ਅਮੀਰ ਅਤੇ ਗਰੀਬ ਨੂੰ ਵੇਖ ਕੇ ਫਰਕ ਨਹੀਂ ਕੀਤਾ ਜਾ ਸਕਦਾ, ਪਾੜਾ ਨਹੀਂ ਕੀਤਾ ਜਾ ਸਕਦਾ। ਮਹਾਰਾਜ ਕਹਿੰਦੇ ਰੱਬ ਦੇ ਪਿਆਰੇ ਦੇ ਵਾਸਤੇ ਸਮੁੰਦ ਸ਼ਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਣੀ ਜੇ ਤਿਸ ਮਨੋ ਨਾ ਵਿਸਰੈ। ਕਹਿੰਦੇ ਉਸ ਕੀੜੀ ਦੇ ਮਨ ਵਿੱਚ ਤੂੰ ਨਾ ਵਿਸਰ ਜਾਏ, ਉਹ ਜਿਹੜੀ ਤੇਰੀ ਯਾਦ ਦੇ ਵਿੱਚ ਹੈ, ਤੇਰੀ ਸਿਫਤ ਦੇ ਵਿੱਚ ਹੈ, ਤੇਰੀ ਵਡਿਆਈ ਵਿੱਚ ਹੈ, ਤੇਰੀ ਸ਼ੋਭਾ ਵਿੱਚ ਹੈ। ਕਹਿੰਦੇ ਉਹ ਉਸ ਮਾਲਕ ਦੇ ਪਿਆਰੇ ਦੇ ਵਾਸਤੇ ਉਹਦੀ ਕੋਈ ਕੀਮਤ ਨਹੀਂ ਕਿਉਂਕਿ ਉਹਦੇ ਅੰਦਰ ਹਿਰਸ ਨਹੀਂ ਹੈ, ਉਹਦੇ ਅੰਦਰ ਲਾਲਚ ਨਹੀਂ ਹੈ, ਇਸੇ ਕਰਕੇ ਉਹ ਸਭਨਾਂ ਦੇ ਨਾਲ ਇੱਕੋ ਜਿਹਾ ਵਰਤਾਰਾ ਕਰਦਾ ਹੈ। ਗੁਰੂ ਕਿਰਪਾ ਕਰੇ ਸਾਡੇ ਵੀ ਜੀਵਨ ਵਿੱਚ ਪਰਮੇਸ਼ਰ ਦੀ ਬੰਦਗੀ ਆਵੇ ਅਤੇ ਅਸੀਂ ਮਨੁੱਖ ਨੂੰ ਸਰੀਰ ਵੇਖ ਕੇ, ਧਨ ਵੇਖ ਕੇ, ਪਦਾਰਥ ਵੇਖ ਕੇ ਇੱਜ਼ਤ ਨਾ ਦਈਏ, ਸਗੋਂ ਇਹ ਵੇਖੀਏ ਕਿ ਜਿਹੜੀ ਜੋਤ ਮੇਰੇ ਵਿੱਚ ਹੈ
ਉਹੀ ਜੋਤ ਇਹਦੇ ਵਿੱਚ ਹੈ, ਭਾਵੇਂ ਗਰੀਬ ਹੈ। ਜਿਹਨੂੰ ਸਾਹਿਬ ਕਹਿੰਦੇ ਸਭ ਮੈਂ ਜੋਤ, ਜੋਤ ਹੈ ਸੋਏ, ਤਿਸਦੇ ਚਾਨਣ ਸਭ ਮੈਂ ਚਾਨਣ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਰ ਖਬਰਾਂ ਦੇਖਣ ਦੇ ਲਈ ਜੁੜੇ ਰਹੋ ਦੈਨਿਕ ਸਵੇਰਾ ਦੇ ਨਾਲ।